ਸ਼ਹਿਰ ਦੇ ਰਾਜਨਗਰ 'ਚ ਮਕਾਨ ਦੀ ਛੱਤ ਗਿਰਨ ਕਾਰਨ ਮਹਿਲਾ ਦੇ ਗੰਭੀਰ ਰੂਪ ਵਜੋਂ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੂੰ ਜ਼ਖਮੀ ਹਾਲਤ 'ਚ ਨਾਗਰਿਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਜਾਣਕਾਰੀ ਅਨੁਸਾਰ ਰਾਜਨਗਰ ਨਿਵਾਸੀ ਮਹਿਲਾ ਅਨੀਤਾ ਸਵੇਰੇ ਘਰ 'ਚ ਸੋਈ ਹੋਈ ਸੀ ਕਿ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਮਹਿਲਾ ਨੀਚੇ ਦੱਬ ਗਈ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਆਏ ਵਾਰਡ ਦੇ ਪਾਰਸ਼ਦ ਪ੍ਰਤੀਨਿਧੀ ਸ਼ੇਰ ਸਿੰਘ ਮੌਕੇ 'ਤੇ ਆਏ ਅਤੇ ਇਲਾਜ ਦੇ ਲਈ ਮਹਿਲਾ ਨੂੰ ਹਸਪਤਾਲ ਪਹੁੰਚਾਇਆ। ਇਸ ਬਾਰੇ 'ਚ ਮਹਿਲਾ ਦੇ ਸਹੁਰੇ ਨੇ ਦੱਸਿਆ ਕਿ ਸਵੇਰੇ ਉਹਨਾਂ ਦੀ ਨੂੰਹ ਘਰ 'ਚ ਸੋਈ ਹੋਈ ਸੀ ਕਿ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਰਕਾਰ ਨੂੰ ਕੁਛ ਮੁਆਵਜ਼ਾ ਦੇ ਕੇ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਲਾਜ ਕਰਵਾ ਸਕਣ। ਇਹ ਜੀ ਸੋ ਇਹਦੇ ਸੁਣਦਿਆਂ ਮੈਂ ਪੜ ਗਈ, ਯੁਵਾ ਨੀਚੇ ਦੱਬ ਗਈ ਛੱਤ ਕੇ, ਔਰ ਗਰੀਬ ਆਦਮੀ ਆ ਜੀ, ਉਹ ਸਰਕਾਰ ਮਾਰੀ ਮਦਦ ਕਰੋ। ਤਾਂ ਕਿੰਨੀ ਚੋਟ ਲੱਗੀ ਇਸ ਜੀ? ਚੋਟ ਹੈ ਜੀ, ਯੂ ਐਸ ਆ ਖਤਮ ਹੈ ਜੀ, ਨੀਚੇ ਦੇ ਛੱਤ ਅਗੜੀ ਦੇ ਸਿਰ ਮੇ ਵੀ ਚੋਟ ਲੱਗ ਗਈ ਹੋਈ ਹੈ। ਉਸ ਟਾਈਮ ਕਿਆ ਕਰ ਰਹੇ ਸੀ? ਕੁਛ ਨਹੀਂ ਜੀ, ਸੋ ਰਹੇ ਥੇ ਜੀ। ਕਿੰਨੇ ਵਜੇ ਗਿਰੀ ਹੈ? ਯੇ 6 ਵਜੇ ਹੀ ਗਿਰੀ ਹੈ ਜੀ। ਬੁਲਾ ਨਿਊਜ਼ ਲਈ ਟੋਹਾਨਾ ਤੋਂ ਸੁਸ਼ੀਲ ਸਿੰਗਲਾ ਦੀ ਰਿਪੋਰਟ।